سرکار فاقد اصفار دوستان سید وجیب الحسن بخاری کا سلام کرتے جی. اجی چاند را جی 2 مئی منڈے صبح عید الفطر میں نکلیا تھا. میں اگر 1-2 منٹ دکھائیے جو ساٹھے سیال کو بھی رونا کے آج وہ بائک رائڈ سے نہیں البتہ 1-2 کلپ تم دکھاوا گے. اس بعد 1 گھنٹے گھر میں جاؤں گا اسے تمہیں اتوں بھی رونق دکھانے ہیں. اس اچھا پی ٹی آئی والے کی ریلی بھی سی پر جو رونق ہوئے گی تمہیں دکھانے ہیں. اس کے بعد میں اتنے جانا تو شہر کے 1-2 چھوٹے چھوٹے بھی کلپ پھر تھوڑے پر اجازت لاؤں گی. سیالکوٹ کینٹ پھر رات میں 11 بجے لگے سیالکوٹ کینٹ پر گھنٹہ گھر
ਇਹ ਸਾਡਾ ਤੀਸਰਾ ਕਲਿੱਪ ਹੈ ਜੀ। ਰੇਲਵੇ ਰੋਡ ਸ਼ਹਿਰ ਸਿਆਲਕੋਟ ਸਾਹਮਣੇ ਪਠਾਣਾ ਦੀ ਮਾਰਕੀਟ, ਜੁੱਤੀਆਂ ਕੱਪੜੇ ਜ਼ਿਆਦਾਤਰ ਜੁੱਤੀਆਂ। ਇੱਥੇ ਤੁਸੀਂ ਉਹਨਾਂ ਰਸ਼ ਦੇਖੋ, ਇੱਕ ਚੀਜ਼ ਦੀ ਨਹੀਂ ਮੈਨੂੰ ਅੱਜ ਤੱਕ ਸਮਝ ਆਈ, ਇੰਨੇ ਦਿਨ ਹੁੰਦੇ ਨੇ ਇਨਸਾਨ ਕੋਲ ਆਰਾਮ ਸਕੂਨ ਨਾਲ ਆ ਕੇ ਦੇਖੇ ਸਵੇਰੇ, ਇਹ ਚਾਂਦ ਰਾਤ ਨੂੰ ਪਤਾ ਨਹੀਂ ਕਿ ਲੋਕਾਂ ਨੂੰ ਕਰੇਜ਼ ਹੈ, ਇੱਕ ਤਾਂ ਮਹਿੰਗੀ ਚੀਜ਼ ਲੈਣਗੇ, ਇੱਕ ਉਹ ਜਲਦੀ ਦੇ ਵਿੱਚ ਲੈਣਗੇ। ਮਹਾਰਾਜ ਜੀ ਆਪਣਾ ਆਪਣਾ ਖਿਆਲ ਹੈ। ਇਹ ਤੁਸੀਂ ਰਸ਼ ਦੇਖੋ, ਤੁਹਾਨੂੰ ਦੂਰੋਂ ਦੁਕਾਨਾਂ ਨਜ਼ਰ ਆ ਰਹੀਆਂ ਨੇ। ਇਹ ਚੌਂਕ ਲਾਮਾ ਇਕਬਾਲ ਵੱਲ ਜਾਂਦਾ ਜੀ ਰਸਤਾ, ਪੂਰੀਆਂ ਦੁਕਾਨਾਂ ਤੁਸੀਂ ਦੇਖ ਰਹੇ ਹੋਗੇ, ਹਰ ਦੁਕਾਨ 'ਤੇ ਐਸਾ ਹੀ ਰਸ਼ ਹੈ। ਚਲੋ ਜੀ ਇਸ ਚਲਪ ਤੋਂ ਤੁਸੀਂ ਅੰਦਾਜ਼ਾ ਲਗਾਓ, ਇਹ ਪਾਕਿਸਤਾਨ ਰੇਲਵੇ ਦਾ ਦਫ਼ਤਰ ਹੈ, ਖਲੋਤੇ ਨੇ ਜੀ ਲੋਕ ਅੰਦਰ ਜਾ ਕੇ ਬਾਈਕ ਚਲਾਉਂਦੇ ਸਨ, ਉਹਨਾਂ ਨੇ ਵੀ ਆਪਣੀ ਡਿਊਟੀ ਦੇਣੀ ਰੱਖਣਾ ਹੋ ਗਿਆ। ਚਲੋ ਜੀ ਅੰਦਾਜ਼ਾ ਹੋ ਗਿਆ ਤੁਹਾਨੂੰ ਕੀ ਮਾਹੌਲ ਹੈ, ਅਸੀਂ ਤੁਹਾਨੂੰ ਹਰ ਸਾਲ ਕੁਛ ਨਾ ਕੁਛ ਮਾਹੌਲ ਵੀ ਦਿਖਾਉਂਦੇ ਹਾਂ। ਸੈਫਟੀ ਜਿਹੜਾ ਫਾਰਮੈਲਿਟੀ ਕੀ ਹੋਈ ਹੈ, ਕਿਉਂਕਿ ਮੇਰੇ ਕੋਲ ਅੱਜ ਬਾਈਕ ਰਾਈਡ ਵਾਲਾ ਨਹੀਂ ਮਾਹੌਲ ਹੈਗਾ, ਦੇਖੋ ਨਾ ਤੁਸੀਂ ਹਰ ਜਗ੍ਹਾ ਰਸ਼ ਪੁੱਛੇ ਹੈਗਾ। ਲਓ ਜੀ ਇੱਕ ਦੋ ਹੋਰ ਜਗ੍ਹਾ ਤੋਂ ਤੁਹਾਨੂੰ ਇੱਕ ਦੋ ਮਿੰਟ ਲਵਾਂਗੇ ਅਤੇ ਫਿਰ ਆਪਣੇ ਇੱਥੇ ਘਰ ਜਾਵਾਂਗੇ। ਲੇਡੀ ਐਂਡ ਸੰਸ ਈਦ, ਅੱਜ ਸਾਡਾ ਇਰਾਦਾ ਜੀ ਲੇਡੀ ਐਂਡ ਸੰਸ ਟੂਰ ਨਮਾਜ਼ ਪੜ੍ਹਨ ਦਾ, ਈਦ ਦੀ ਨਮਾਜ਼ 6:15 ਸੁਬਾਹ, ਇਹ ਸਮਾਜ ਦੀ ਜਮਾਇਤ ਖਾਨਾ ਇਹਦੇ ਬਿਲਕੁਲ ਸਾਹਮਣੇ ਹੈ, ਗੌਰਮੈਂਟ ਲੇਡੀ ਐਂਡ ਸੰਸ ਟੂਰ। ਜੀ ਉਹਨਾਂ ਇੱਥੇ ਇਜਾਜ਼ਤ ਨਹੀਂ ਕੈਮਰੇ ਦੀ, ਮੇਨ ਗੇਟ ਆ ਗਏ, ਨਮਾਜ਼ ਪੜ੍ਹੀਏ, ਤੁਹਾਨੂੰ ਸਿਰਫ ਮਾਹੌਲ ਦਿਖਾਇਆ ਜੀ। ਮਿਲ ਕੇ ਖੜੇ ਹੋ ਜਾਏ ਕਿਉਂਕਿ ਮੌਸਮ ਕੁਛ ਐਸਾ ਹੀ ਹੈ, ਲਿਹਾਜ਼ਾ ਜੋ ਰਾਤ ਪਿੱਛੇ ਰਹਿ ਗਏ ਹੈ ਉਹ ਜਲਦੀ ਸਫ਼ਰ ਕੇ ਅੰਦਰ ਸ਼ਾਮਿਲ ਹੋ ਜਾਏ। اللهم صل على محمد وعلى آل محمد كما صليت على إبراهيم وعلى آل إبراهيم إنك حميد مجيد، اللهم بارك على محمد وعلى آل محمد كما باركت على إبراهيم وعلى آل إبراهيم إنك حميد مجيد. أعوذ بالله من الشيطان الرجيم، بسم الله الرحمن الرحيم. اعملوا ما شئتم انه بما تعملون بصير. تم عمل کرتے چلے جاؤ جیسے ہی تم چاہتے ہو، بے شک تمہارا اللہ تمہارا رب تمہارے عملوں کو دیکھ رہا ہے. تم عمل اللہ کی مرضی والے کر رہے ہو یا اس کی ناراضگی والے کر رہے ہو، اللہ خوب جانتا ہے، اللہ تو دلوں کی نیتوں کو بھی جانتا ہے. اللہ یہ نہیں جانے گا کہ یہ عمل کیسے کر رہا ہے اور کس لیے محمد وآلہ وصحبہ اجمعین برحمتک یا ارحم الراحمین. میری اور میرے رفقا کی طرف سے آپ سب کو عید مبارک. اللہ عید مبارک.
اللہ کا بانی ਇਸ ਸਾਲ ਅਸੀਂ ਨਮਾਜ਼ ਹੈ ਲੇਡੀ ਐਂਡਰਸਨ ਸਕੂਲ ਹੈ, ਗੌਰਮੈਂਟ ਲੇਡੀ ਐਂਡਰਸਨ ਸਕੂਲ, ਬੜਾ ਤਰੀਹੀ ਅਤੇ ਪੁਰਾਣਾ ਸਕੂਲ ਹੈ, ਬੱਚੀਆਂ ਦਾ ਲੜਕੀਆਂ ਦਾ ਸਕੂਲ ਹੈ। ਅਤੇ ਇਹ ਨਹੀਂ ਮੈਨੂੰ ਹਿਸਟਰੀ ਦਾ ਪਤਾ ਕਿ ਕਿਸ ਸਨ, ਲੇਕਿਨ ਐਵੇਂ ਕਿ ਅਸੀਂ ਬਚਪਨ ਤੋਂ ਹੀ ਦੇਖ ਰਹੇ ਹਾਂ, ਇਹ ਕਮ ਅਜ਼ ਕਮ 100 ਸਾਲ ਪੁਰਾਣਾ ਹੋਇਆ ਮਿਨੀਮਮ। ਅੱਗੇ ਪਿੱਛੇ ਤਾਂ ਮਰਦਾਂ ਨੂੰ ਇਜਾਜ਼ਤ ਨਹੀਂ ਇਸ ਜਗ੍ਹਾ 'ਤੇ ਆਉਣ ਦੀ, ਅਤੇ ਚਲੋ ਈਦ ਦਾ ਮੌਕਾ ਸੀ ਅਤੇ ਜਿਹੜੇ ਨਮਾਜ਼ ਪੜ੍ਹਾਉਣ ਵਾਲੇ ਸਨ ਉਹਨਾਂ ਨੇ ਖਸੂਸੀ ਇਜਾਜ਼ਤ ਲਈ ਸਕੂਲ ਵਾਲਿਆਂ ਕੋਲੋਂ ਅਤੇ ਇੰਤਜ਼ਾਮੀਆ ਕੋਲੋਂ, ਅਤੇ ਬੜਾ ਹੀ ਅੱਛਾ ਬੰਦੋਬਸਤ ਸੀ ਅਤੇ ਮੌਸਮ ਵੀ ਬੜਾ ਅੱਛਾ, ਗਰਮੀ ਬਹੁਤ ਜ਼ਿਆਦਾ ਪਈ ਹੈ ਇੱਥੇ, ਦੇਖੋ ਅੱਜ ਸ਼ਾਇਦ ਲੋ ਇਸ ਦਰਖਤ ਨੂੰ ਦੇਖਣੇ ਦਾ ਅੱਗੋਂ ਕੋਈ ਦੋ ਕਲਿੱਪ ਅਗਰ ਮੌਕਾ ਮਿਲਿਆ ਲੈਂਦੇ ਹਾਂ। ਅਤੇ ਬਾਅਦ ਜੀ ਸ਼ਾਹਕਾਰ ਪਾਕ ਦੇ ਸਾਰੇ ਦੋਸਤਾਂ ਨੂੰ ਤੁਹਾਡੇ ਵੱਲੋਂ ਧੰਨਵਾਦ। ਲੇਡੀ ਐਂਡਰਸਨ ਗਰਲਸ ਸੈਂਟਰ 'ਚ ਪਰਦਾ ਸੀ, ਪਰਦੇ ਦੇ ਪਿੱਛੇ ਔਰਤਾਂ ਨੇ ਨਮਾਜ਼ ਪੜ੍ਹੀ, ਪਰਦੇ ਪਰਦਾ ਮਰਦਾਂ ਨੇ ਪੜ੍ਹੀ। ਮੌਸਮ ਖਰਾਬ ਹੁੰਦਾ, ਉਸ ਤੋਂ ਬਾਅਦ ਅਸੀਂ ਹੁਣ ਕਬਰਸਤਾਨ ਜਾਵਾਂਗੇ ਜੀ, ਸਾਡਾ ਪਹਿਲਾ ਕੰਮ ਹੈ ਨਮਾਜ਼ ਪੜ੍ਹਨਾ ਸੁਬਹਾ, ਅਤੇ ਖੁੱਲ੍ਹੀ ਜਗ੍ਹਾ 'ਤੇ ਵਧੀਆ ਦੀ ਸੁਣਤ ਵੀ ਅਤੇ ਅੱਛਾ ਵੀ ਲੱਗਦਾ ਖੁੱਲ੍ਹੀ ਜਗ੍ਹਾ 'ਤੇ। ਲਓ ਜੀ ਮੈਂ ਕਿਹਾ ਚਲੋ ਜਿੰਨੀ ਹੋ ਸਕਦਾ ਤੁਹਾਨੂੰ ਸੈਰ ਕਰਾ ਦਈਏ ਥੋੜ੍ਹੀ ਜਿਹੀ ਲੇਡੀ ਐਂਡਰਸਨ ਸਕੂਲ। ਬਹੁਤ ਵੱਡਾ ਸਕੂਲ ਹੈ ਮਾਸ਼ਾਅੱਲਾ, ਲਓ ਜੀ ਅੱਗੇ ਪਿੱਛੇ ਤਾਂ ਅਸੀਂ ਸਕੂਲ 'ਚ ਨਹੀਂ ਆ ਸਕਦੇ ਕਿਉਂਕਿ ਬੇਟੀਆਂ ਦਾ ਸਕੂਲ ਹੈ, ਲੇਕਿਨ ਅੱਜ ਇਸ ਬਹਾਨੇ ਨਮਾਜ਼ ਦੀ ਕਿਉਂਕਿ ਇਜਾਜ਼ਤ ਸੀ ਅਸੀਂ ਦੇਖਦੇ ਹਾਂ, ਅਤੇ ਬੜਾ ਦਿਲ ਖੁਸ਼ ਹੋਇਆ, ਬੜਾ ਸਾਫ਼ ਸੁਥਰਾ ਖੁੱਲ੍ਹਾ ਡੁੱਲਾ, ਅਤੇ ਸਕੂਲ ਦੀ ਇੰਤਜ਼ਾਮੀਆ ਖਸੂਸਨ
پرنسپل صاحبانوں سے دلی مبارکباد دینا کچھ سلوبی دینا بڑا صاف ستھرا انہوں نے رکھا تھا جی دیکھو نا جی پتا لگتا انہوں نے اپنا فل پودے لان سارا ہی بڑا اچھا جی اسی سکول انتظامیہ بھی کارگردگی تو بہت خوش ہاں میری گھر میں تو کسی بھی جڑا لوگ اچھے کام کرتے ہیں کم از کم کسی تعریف کر دیا انہوں نے کیا بات ماشاء اللہ لو جی ہوں اسی اتوں شاید باہر کا ہی شاپ اگر بورڈ کا گزرنا پھر اسی قبرستان جا گے اپنے والدین دیا قبروں پہ اسی دعا منگا دیا گے بہت اچھا جی سکول انتظامیہ زندہ باد جی گورنمنٹ لیڈی اینڈرسن سکول سیالکوٹ بہت اچھا کیا بات ہے ورنہ وہ ڈگری کاغذ کا پرزے تو زیادہ وہ حیثیت نہیں لو جی اسی ایتھلیٹ کو مند کر رہے ہیں لیکن پھر دل کر رہا ہے کہ جب انہوں نے محنت کی بھی ہے تو شیئر کری ہے اگر کبھی آپ بھی جان کا بھی بندوبست پورا رکھا گیا پودے دیکھو بڑے خوبصورت نے ایک بار پھر اسی پرنسپل نے مبارکباد دینا جی تھی بہت اچھا انہوں مینج کی جا رہا ہے جڑی بھی انتظامی ہے ٹھیک ہے چلو گاما بلوان لو جی لیڈی انٹر اسکول والے نے بڑا اچھا کی جا رہا ہے جڑے ساڈے کی گئی تھے انہوں نے فوٹو بھی لگائی دیا اچھا طریقہ راجی حقیقت پیش کرنے کا انہوں کا نام روشن کرن کا زندہ کرن کا پھر ان شاء اللہ جی جو ماحول ہے سر بتا دیتا میں گورنمنٹ لیڈی اینسن اسکول کا بورڈ نہیں لا سکیا کیونکہ اس وقت لیڈیز کا بہت زیادہ رش ہے لو جی ہوں اِسی قبرستان جائیں گے صاحب باقی سارے جڑے بھی بزرگ ہے اس قبرستان سے دفن انہوں نے قبر سے آئی ہے اپنی بھی ویسے تو اگے پیچھے بھی آدھا رہی تھا لیکن عید میں خصوصاً اول نماز سے دوسرا قبرستان ساڈا آبائی قبرستان ہے جی بڑا صاف ستھرا
وعلیکم السلام. ہاں بھائی ٹھیک ہو؟ جی الحمدللہ.